ਇਹ ਭਾਜੀ ਇਹ ਬਿਜਲੀ ਮਹਿਕਮੇ ਦੀ ਲਾਪਰਵਾਹੀ ਵੇਖ ਚੁੱਕੇ ਤੁਸੀਂ, ਵੇਖੋ ਤੁਸੀਂ। ਇੱਕ ਨੰਬਰ ਵਾ ਕਿ ਇਹਨੂੰ ਜਿੱਥੇ ਚਾਹੀਦਾ ਵਾ ਰਾਹ ਦੇ ਉੱਤੇ ਕੋਈ ਅਭੀ ਨਭੀ ਪੈਂਦੀ ਆ ਆਪਾਂ ਭੱਜ ਕੇ ਰਾਹ ਦੇ ਉੱਤੇ ਸਿੱਧਾ ਬੱਤੀ ਦੇ ਕੋਲੇ ਪਹੁੰਚ ਸਕਦੇ ਆ। ਇਹ ਵੇਖ ਸਕਦੇ ਜੇ ਜ਼ਮੀਨ ਦੇ ਵਿੱਚ ਲੱਗਾ ਵਾ, ਜਿਹਦੇ ਵਿੱਚ ਝੋਨਾ ਲੱਗਾ ਵਾ, ਨਾ ਵੱਟ ਨਾ ਕੋਈ ਬੰਨਾ ਨਾ ਕੋਈ ਚੰਨਾ ਨਾ ਬਕਾਇਦਾ ਸੋਚ ਹੈਗਾ ਵਾ। ਜੇ ਅਗਰ ਘਰ ਦੀ ਬੱਤੀ ਖਰਾਬ ਹੁੰਦੀ ਆ ਸੋਚ ਕੱਟਾਂਗੇ ਪਹਿਲਾਂ ਕਿ 11000 ਬੱਤੀ ਨੂੰ ਹੱਥ ਪਾਵਾਂਗੇ ਆਪਾਂ। ਮੇਨ ਮੁੱਦਾ ਸੋਚ ਕੱਟਣ ਦਾ। ਇਹਨਾਂ ਨੇ ਸਾਰਾ ਕੁਝ ਕਰ ਕਰਾ ਕੇ ਤੇ ਸੋਚ ਵੀ ਨਹੀਂ ਲਾਇਆ। ਬਿਲਕੁਲ ਕੱਲੇ ਕੱਲੇ ਘਰਾਂ ਦੀ ਬੱਤੀ ਦੀ ਤਾਰਾਂ ਲੱਗੀਆਂ ਤੁਸੀਂ ਵੇਖ ਸਕਦੇ ਦੱਸਦੇ ਜੇ। ਪਤਾ ਨਹੀਂ ਕਿੰਨੀ ਕੁ ਵਾਰਾਂ ਤਰਲਾ ਮਿਹਨਤ ਕਰ ਚੁੱਕੇ ਆ ਨਿੱਕੇ ਨਿੱਕੇ ਜੀਆ ਜੰਤ ਵਾ, ਅਸੀਂ ਬੱਤੀ ਬਣਾਉਣੀ ਆ ਸੋਚ ਕੱਟਣਾ ਵਾ। ਸੋਚ ਕੱਟਣ ਤੋਂ ਇੰਨੇ ਤਰਲੇ ਕੱਢਣ ਦੇ ਬਾਵਜੂਦ ਅਜੇ ਤੱਕ ਸੋਚ ਨਹੀਂ ਲੱਗਾ ਤੁਸੀਂ ਵੇਖ ਸਕਦੇ ਜੇ। ਬਾਕੀ ਵੇਖ ਸਕਦੇ ਜੇ ਲਾਇਆ ਕਿੱਥੇ ਆ, ਪੈਲੀ ਦੇ ਵਿੱਚ ਲੱਗਾ ਵਾ। ਚਾਹੇ ਇਹਨੂੰ 10 ਕਰਮਾ ਅੱਗੇ ਕਰੋ, 10 ਕਰਮਾ ਪਿੱਛੇ ਕਰੋ, ਰਾਹ ਤੇ ਕਰੋ। ਬੰਦਾ ਨੇਰੇ ਸਵੇਰੇ ਆਵੇ ਆਪਦਾ ਆਣ ਕੇ ਇਹਨੂੰ ਜਿਹੜਾ ਬਣਾਵੇ, ਬਣਾਓ ਕਿਹੜਾ ਇਹਨੂੰ ਆਣ ਕੇ ਦੀ ਰਾਤ ਦੱਸੋ। ਕੋਈ ਧੀ ਭੈਣ ਸੋਚ ਕੱਟ ਸਕਦੀ? ਜੇ ਕੋਈ ਅਣਜਾਣ ਬੰਦਾ ਨਾਲ ਲੱਗ ਚੁੱਕਾ ਵਾ, ਕੋਈ ਗਰੀਬ ਗੁਰਬਾ ਆ ਕੇ ਮੰਜ਼ੂਰ ਚੁਗੇ ਕੋਈ ਕਰੇ, ਜੇ ਉਹ ਬੰਦਾ ਆਣ ਕੇ ਨਾਲ ਲੱਗ ਜਾਵੇ ਤੇ ਕੀ ਸੋਚ ਕਿੱਥੋਂ ਕੱਟਾਂਗੇ, ਕੀ ਬੱਤੀ ਨੂੰ ਕੰਟਰੋਲ ਕਰਾਂਗੇ, ਕਿੱਥੋਂ ਕਰਾਂਗੇ? 11000 ਬੱਤੀ ਨੂੰ ਹੱਥ ਪਾਵਾਂਗੇ, ਬਚਾਵਾਂਗੇ ਕਿ ਹੋਰਾਂ ਨੂੰ ਮਾਰਾਂਗੇ? ਇਹ ਗਲਤੀ ਕਿਹਦੀ ਆ? ਸਾਰੀ ਸਰਕਾਰ ਦੀ ਗਲਤੀ ਹੈ ਜਿਹੜੀ ਪੈਸਾ ਖਾ ਕੇ ਤੇ ਕੁਝ ਦੇਣ ਨਹੀਂ ਦਈ। ਸਿੱਧੇ ਫਿਊਜ਼ ਲਾ ਕੇ ਆ ਪਿੱਛੋਂ ਜੈਂਪਰ ਕੱਟ ਕੇ ਆਪਦੀ ਕਾਰਵਾਈ ਕਰ ਗਏ ਆ। ਜਿਹੜਾ ਜ਼ਿਮੀਂਦਾਰ ਕਿਸਾਨ ਵਿਚਾਰਾ ਘਰੇ ਬੈਠਾ ਵਾ, ਉਹ ਜਦੋਂ ਬੱਤੀ ਖਰਾਬ ਹੋਈ ਬਣਾਊਗਾ, ਉਹ ਸੋਚ ਕੱਟੂ ਤੇ ਬਣਾਊਗਾ? ਮਹਿਕਮੇ ਦੇ ਕੋਲ ਜਾਊਗਾ ਹੀ ਨਹੀਂ। ਜਾ ਕੇ ਉਹਨਾਂ ਨੂੰ ਕਹੂਗਾ ਵੀ ਸੋਚ ਕੱਟੋ, ਪਿੱਛੋਂ ਅਸੀਂ ਬੱਤੀ ਬਣਾਉਣੀ ਆ। ਉਹਦੇ ਘਰ ਦੀ ਸਮੱਸਿਆ ਵਾ, ਸੋਚ ਕੱਟੇ, ਉਹ ਆਪਦਾ ਸੋਚ ਕੱਟ ਕੇ ਬੱਤੀ ਬਣਾਵੇ, ਬਣਾ ਕੇ ਤੇ ਮਸਲਾ ਹੱਲ ਹੋ ਜੇ। ਜਿਹੜੀ ਆ ਮਨਭਰਤ ਘਟਨਾ ਵਾਪਰੀ ਆ, ਇਹ ਛਰੇਆਮ ਵਰਤੀ ਆ, ਇਹਨਾਂ ਦੀ ਗਲਤੀ ਨਾ ਵਰਤੀ ਆ, ਬਿਜਲੀ ਮਹਿਕਮੇ ਦੀ ਗਲਤੀ ਫੋਲੇ ਦੇ ਵਿੱਚ ਹੋਈ ਆ। ਇਹ ਭਾਜੀ ਬੈਕ ਦਾ ਐਕਸੀਮਿਟ ਬਣ ਕੇ ਪਾਸ ਹੋ ਕੇ ਕਿੰਨੇ ਪੋਲਾਂ ਦਾ ਸਾਰਾ ਕੁਝ ਸਰਕਾਰ ਵੱਲੋਂ ਪਾਸ ਹੋ ਕੇ ਆਇਆ ਵਾ। ਇਹਦੇ ਵਿੱਚ ਜੋ ਵੀ ਲੱਗਾ ਸਰਕਾਰ ਨੇ ਲਾ ਕੇ ਜਿਹਦੀ ਚਾਲੂ ਬੱਤੀ ਕਰ ਦਿੱਤੀ, ਉਹਨਾਂ ਨੇ ਡਿਟੇਲ ਦੇ ਵਿੱਚ ਸਾਡੇ ਕੋਲ ਖਰਚਾ ਲੈ ਲਿਆ, ਖਰਚਾ ਦੇ ਹੀ ਲੱਗਦਾ ਵਾ। ਉਹ ਖਰਚਾ ਪੂਰਾ ਭਰਤਾ, ਫਾਈਲ ਤਿਆਰ ਕੀਤੀ ਹੋਈ ਆ। ਫਾਈਲ ਦੇ ਉੱਤੇ ਜੋ ਜੋ ਚਾਹੀਦਾ ਸਾਨੂੰ ਉਹ ਮਿਲਿਆ ਨਹੀਂ। ਬਾਕੀ ਨਹੀਂ ਕਿ ਇੱਕ ਟਰਾਂਸਫਾਰਮ, ਇੱਕ ਤਾਰ, ਉਹਦੇ ਬਾਅਦ ਟੋਟੇ ਕੇਬਲਾਂ ਦੇ ਪਾਪਾ ਡੰਡੇ ਗੜ ਕੇ ਘਰੇ ਖੜੇ ਆ। ਇਹਨਾਂ ਨੂੰ ਚਾਹੀਦਾ ਵਾ ਕੇਬਲਾਂ ਵਾਸਤੇ ਸਪੈਸ਼ਲ ਖੰਭਾ, ਜਿਹਦੇ ਨਾਲ ਇਹ ਕੇਬਲ ਉੱਚੀ ਕਰਕੇ ਜਾਵੇ। ਆਹ ਜ਼ਮੀਨ ਸਿਰ ਨਾਲ ਲੱਗਣ ਡਈ ਆ। ਕੱਲ ਨੂੰ ਕੰਪੈਨ ਚਲਾਉਣੇ ਆ, ਝੋਨਾ ਲਵਾਉਣੇ ਆ, ਕੁਛ ਵੀ ਕਰਦੇ ਆ, ਕੀ ਗੱਲ ਡੰਡਾ ਲੈ ਕੇ ਤਾਰ ਚੁੱਕਾਂਗੇ? ਟਰੈਕਟਰ ਵਾਹੁਣਾ ਵਾ, ਟਰੈਕਟਰ ਨੂੰ ਉੱਤੋਂ ਚੁੱਕਾਂਗੇ ਆਣ ਕੇ? ਇਹ ਮਹਿਕਮੇ ਦਾ ਕੰਮ ਆ ਸੋਚ ਲਾ ਕੇ ਦੇਣਾ, ਤੁਹਾਡੀ ਸੁਰੱਖਿਆ ਕਰਨ ਵਾਸਤੇ। ਤੁਸੀਂ ਉਹਨਾਂ ਨੂੰ ਕਿਹਾ ਵਾ? ਭਾਜੀ ਇੱਕ ਵਾਰ ਨਹੀਂ, ਨੇਕਾਂ ਮਾਰ ਕੇ ਜਿਨ੍ਹਾਂ ਨੇ ਕੋਈ ਸੁਣੀ ਨਹੀਂ, ਗਿਣੀ ਨਹੀਂ। ਅੱਜ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ, ਇਹਦਾ ਕਾਰਨ ਇਹਦੀ ਜ਼ਿੰਮੇਵਾਰ ਕੌਣ ਆ? ਬਿਜਲੀ ਘਰ ਕਿਹੜਾ? ਤੁਹਾਨੂੰ ਕਿਹੜਾ ਬਿਜਲੀ ਘਰ ਪੈਂਦਾ ਹੈ? ਇਹ ਬਿਜਲੀ ਘਰ ਆਪਣੇ ਗੋਇੰਦਵਾਲ ਸਾਹਿਬ। ਉਹ ਮੇਰਾ ਪੁੱਤ ਤੇ ਇੱਥੋਂ ਨਾ ਘਰੋਂ ਪੱਠੇ ਪਾ ਕੇ ਕੁਤਰ ਕੇ 6 ਵਜੇ ਦੇ ਟਾਈਮ ਨਾਲ ਇੱਥੋਂ ਉੱਠ ਕੇ ਬਾਹਰ ਝੋਨਾ ਵੱਢਿਆ ਸੀ ਖੇਤਾਂ ਦੇ ਵਿੱਚ। ਉੱਥੇ ਥੋੜੀਆਂ ਮੁੰਜਰਾਂ ਰਜੀਆਂ ਖਲੋਤੀਆਂ ਸੀ, ਉਹ ਵੱਢਣ ਚਲੇ ਗਿਆ। ਤੇ ਉੱਥੇ ਪਰੇ ਮੇਰੇ ਨਨਾਣ ਦਾ ਘਰ ਆ, ਉਹਨਾਂ ਨੇ ਰੌਲਾ ਪਾਇਆ ਜਦੋਂ ਬੱਤੀ ਉਹਨੂੰ ਲੱਗ ਗਈ। ਟਰਾਂਸਫਾਰਮ ਆ ਉੱਥੇ ਪੈਲੀ ਦੇ ਵਿੱਚ, ਉੱਥੋਂ ਹੀ ਮੇਰੇ ਪੁੱਤ ਨੂੰ ਬੱਤੀ ਲੱਗ ਗਈ। ਮੁੜ ਕੇ ਪੁੱਤ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ। ਮੁੜ ਕੇ ਸਾਰੇ ਆਖਣ ਲੈ ਜਾਓ ਇਹਨੂੰ ਹਸਪਤਾਲ ਲੈ ਜਾਓ। ਫਿਰ ਹਸਪਤਾਲ ਲੈ ਗਏ। ਹਸਪਤਾਲ ਵਾਲਿਆਂ ਨੇ ਆਖਿਆ ਇਹ ਮੁੱਕ ਗਿਆ ਵਾ। ਉਹਨਾਂ ਨੇ ਸਾਨੂੰ ਆਖਿਆ ਥਾਣੇ ਤਲਾਹ ਦਿਓ, ਅਸੀਂ ਥਾਣੇ ਤਲਾਹ ਦੇ ਦਿੱਤੀ। ਐ ਵੀਰੋ, ਮੇਰੇ ਵੀਰ ਨੂੰ ਰੱਬ ਲੈ ਗਿਆ। ਕਿੰਨੇ ਬੱਚੇ? ਮੇਰੇ ਇੱਕੋ ਹੀ ਬੱਚਾ ਵਾ, ਇਹੋ ਹੀ ਉਹਦਾ ਬੱਚਾ, ਗਾੜੀ 2 ਬੱਚੇ ਉਹਦੇ ਆ। ਮੇਰਾ ਇਹੋ ਹੀ ਬੱਚਾ, ਮੇਰੀਆਂ 4 ਗੁੱਡੀਆਂ। ਮੇਰਾ ਮਾਲਕ ਮੁੱਕ ਗਿਆ ਸੀ ਛੋਟਾ ਜਿਹਾ, ਮੇਰਾ ਇਹ ਬੱਚਾ ਛੱਡ ਕੇ। ਮੈਂ 2.5 ਸਾਲਾਂ ਦਾ ਮੇਰਾ ਪੁੱਤ ਹੀ ਮੈਂ ਪਾਲਿਆ। ਹੁਣ ਮੇਰਾ ਪੁੱਤ ਚਲ ਗਿਆ, ਹੁਣ ਮੈਨੂੰ ਮੇਰਾ ਪੁੱਤ ਛੱਡ ਗਿਆ। ਹੁਣ ਮੇਰਾ ਇੱਕ ਛੋਟਾ ਪੋਤਰਾ, ਇੱਕ ਮੇਰੀ ਪੋਤਰੀ ਆ। ਹਾਏ ਹਾਏ ਵੀਰੋ, ਮੇਰੇ ਵੀਰ ਨੂੰ ਢਾ ਕੇ ਆਖੋ। ਸਾਨੂੰ ਤਲਾਹ ਮਿਲੀ ਕੱਲ 2 ਤਰੀਕ ਨੂੰ ਰਾਤ 2 ਵਜੇ ਕਿ ਇਹਨਾਂ ਦਾ ਲੜਕਾ ਬਿਕਰਮਜੀਤ ਸਿੰਘ ਸਨ ਆਫ ਲੇਟ ਜਗਿੰਦਰ ਸਿੰਘ ਫਰੋਮ ਜਟਵਾਸੀ ਵੈਰਲ ਬਾਬੇ ਮੰਡ, ਉਹਦੀ ਕਰੰਟ ਲੱਗਣਾ ਮੌਤ ਹੋ ਗਈ ਹੈ। ਅੱਜ ਮੌਕੇ ਤੇ ਦੇਖਿਆ ਵੀ ਉਹ ਜਿਹੜਾ ਟਰਾਂਸਫਾਰਮ ਦੇ ਸੋਚ ਨਾ ਹੋਣ ਕਾਰਨ ਤੇ ਤਾਰਾਂ ਢਿੱਲੀਆਂ ਹੋਣ ਕਾਰਨ ਇਹਦੀ ਕਰੰਟ ਝੋਨੇ ਦਾ ਲਾਗੂ ਕਟਾਈ ਕਰਦਾ ਲੱਗਣਾ ਮੌਤ ਹੋ ਗਈ। ਮੰਨਦੇ ਕੋਈ ਬਿਜਲੀ ਵਿਭਾਗ ਦੀ ਅਣਗਹਿਲੀ ਜਾਂ ਤੁਸੀਂ ਮੌਕੇ 'ਤੇ ਆਏ ਜੇ ਕੋਈ ਇਹੋ ਜਿਹਾ? ਉਹ ਤਾਂ ਦੇਖਣ ਡਿਆ, ਕੋਈ ਸੋਚ ਨਹੀਂ ਲੱਗਾ। ਤਾਰਾਂ ਗਿੱਲ ਰਹੀਆਂ ਪਈਆਂ, ਕੋਈ ਪ੍ਰੋਪਰ ਇਹਦੀ ਚੈਨਲ ਨਹੀਂ ਹੈ ਕਿ ਤਾਰ ਨਹੀਂ ਖਿੱਚੀ ਹੈਗੀ, ਇੰਨਾ ਕੁ ਸੋਚ ਲੱਗਾ ਇਹਦੇ। ਪਰਿਵਾਰ ਦੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਅਤੇ ਕੀ ਮੰਗ ਪਰਿਵਾਰ ਦੀ? ਉਹ ਫਿਲਹਾਲ ਤਾਂ ਅਸੀਂ ਪੋਸਟਮਾਰਟਮ ਕਰਾਵਾਂਗੇ ਇਹਦਾ। ਬਾਕੀ ਫਿਰ ਜਿਹੜੇ ਬਿਆਨ ਲਿਖਣ ਉਹ ਸਭ ਕਾਰਵਾਈ ਕੀਤੀ ਜਾ ਰਹੀ ਹੈ।